नमस्कार, मैं हूँ माया अजीज और आप देख रहे हैं मेरे साथ पीपीटी न्यूज। गुरदासपुर के एक दिल दहला देने वाला मामला सामने आया है। यहाँ एक पिता ने अपने 6 महीने की मासूम से जिगर के टुकड़े अपनी खुद की बेटी को जिंदा नहर में फेंक दिया। वहीं सूचना मिलने पर पुलिस की तरफ से गोताखोरों की मदद से लगातार चलाए जा रहे सर्च ऑपरेशन के बाद बच्चे का शव नहर से बरामद किया गया। ਸਰ ਕੰਮ ਪਿਆ ਸੀਗਾ ਪੂਰਾ ਸਰ ਮੈਂ ਸਰ ਪੀਤੀ ਅਤੇ ਨਸ਼ੇ ਵਿੱਚ ਸਰ ਲੈ ਗਏ ਸਰ ਚੁੱਕ ਕੇ ਸਰ ਉਹ ਵੀ ਆਪਣੀ ਘਰਦੀ ਅਤੇ ਦੁੱਖੋਂ ਸਰ ਮੇਰੇ ਮਾਂ ਪਿਓ ਨੇ ਸਰ ਵੀ ਜਵਾਬ ਦੇ ਦਿੱਤਾ ਸੀਗਾ ਭਰਾ ਮੇਰੇ ਨੇ ਫੋਨ ਲਾਇਆ ਸੀ ਮੈਂ ਤਾਂ ਗੱਡੀ 'ਤੇ ਸੀਗਾ ਅਤੇ ਆਪਣੇ ਨਿਆਣੇ ਸਾਹਮਣਾ ਨਿਆਣੇ ਤੇਰੇ ਸੁੱਟ ਗਈ ਆ ਸਮਾਨ ਤਰ੍ਹਾਂ ਲੈ ਗਈ ਆਪਣਾ ਸਮਾਨ ਇਕੱਠਾ ਕਰ ਲੈਣ ਵਾਲੇ ਆਣ ਕੇ ਜਦੋਂ ਮੈਂ ਘਰ ਆਇਆ ਅਤੇ ਪਹਿਲਾਂ ਮੈਂ ਠੇਕੇ 'ਤੇ ਸੀਗਾ ਠੇਕੇ 'ਤੇ ਮੈਂ ਦਾਰੂ ਪੀਤੀ ਇੱਕ ਪਾਈ ਆ ਫਿਰ ਥੋੜ੍ਹੀ ਜਿਹੀ ਲਈ ਉਹ ਵੀ ਮੈਂ ਪੀਤੀ ਫਿਰ ਮੈਂ ਆਪਣੇ ਘਰ ਗਿਆ ਸਰ ਪੀਤੀ ਲੋੜੇ ਮੈਂ ਜਦੋਂ ਘਰ ਗਿਆ ਅਤੇ ਕੁੜੀ ਸਰ ਛੋਟੀ ਜਿਹੜੀ ਉਹ ਰੋਣ ਦੀ ਸੀਗੀ ਅਤੇ ਰੋਂਦੀ ਨੂੰ ਮੈਂ 2 ਵਾਰ ਚੁੱਪ ਕਰਾਇਆ ਪਰ ਉਹ ਹੋਈ ਨਹੀਂ ਪੀਤੀ ਦੇ ਲੋੜ ਦੇ ਸਰ ਮੈਂ ਲੈ ਗਿਆ ਨਹਿਰੇ ਸਰ ਸਰ ਮੈਂ ਗਲਤੀ ਮੇਰੇ ਕੋਲ ਹੋਈ ਹੈ ਇੱਦਾਂ ਦੀ ਪੀਤੀ ਦੇ ਵਿੱਚ ਹੋ ਗਈ ਆ ਦੁਬਾਰਾ ਇੱਦਾਂ ਦੀ ਗਲਤੀ ਨਾ ਕਰੀ ਹੋਵੇ ਜ਼ਿੰਦਗੀ 'ਚ ਦਾਦੀਆਂ ਤੋਂ ਅਸੀਂ ਹਰਚਵਾਲ ਨਹਿਰ 'ਤੇ ਨਹਾਉਣ ਆਏ ਸੀ ਤਾਂ ਕਿ ਜੋ 2 ਪੁਲਿਸ ਵਾਲੇ ਸਾਨੂੰ ਇੱਥੇ ਮਿਲੇ ਨਹਿਰ ਲਾਗੇ ਤੋਂ ਇੱਕ ਬੱਚੀ ਰੁੜਦੀ ਦੇਖੀ ਉਹਨਾਂ ਨੇ ਅਤੇ ਸਾਨੂੰ ਇਹਨੂੰ ਕੱਢਣ ਲਈ ਕਿਹਾ ਅਤੇ ਅਸੀਂ ਬੱਚੀ ਕੱਢ ਕੇ ਲਿਆਂਦੀ ਬਾਹਰ ਜੋ ਕਿ ਉਸਦੇ ਪਿਤਾ ਨੇ ਪੁਲ ਤੋਂ ਥੱਲੇ ਸੁੱਟ ਛੱਡੀ ਸੀ ਭੱਠੀਆਂ ਨਹਿਰ ਤੋਂ ਜੋ ਕਿ ਅੱਜ ਲੱਭੀ ਹੈ ਬੱਚੀ ਦੀ ਬਹੁਤ ਬੁਰੀ ਹਾਲਤ ਨਾਲ ਮੌਤ ਹੋਈ ਹੈ ਉਸ ਨੂੰ ਕੱਢ ਤੋਂ ਕੱਢ ਸਜ਼ਾ ਮਿਲਣੀ ਚਾਹੀਦੀ ਹੈ ਇਹ ਮਤਲਬ 2-3 ਪਹਿਲਾਂ ਇਹਦੇ ਬੱਚੀ ਦਾ ਜਿਹੜਾ ਪਿਤਾ ਵਾ ਇਹਦਾ ਘਰੇਲੂ ਝਗੜਾ ਸੀ ਆਪਸ ਵਿੱਚ ਦੋਵਾਂ ਜੀਆਂ ਦਾ ਉਹਦੇ ਸੰਬੰਧ ਦੇ ਵਿੱਚ ਜਿਹੜੀ ਮਾਂ ਵਾ ਉਹਦੇ ਪੇਕੇ ਆਏ ਸਾਨੂੰ ਲੈ ਗਏ ਸੀ ਇਹਦੀਆਂ 3 ਲੜਕੀਆਂ ਨੇ ਪੇਕੇ ਦੇ ਭਰਾ ਨੇ ਅਡੋਪਟ ਕੀਤੀ ਆ ਅਤੇ ਇਹ ਜਿਹੜੀ ਲੜਕੀ ਆ ਉਸ ਤੋਂ ਵੱਡੀ ਇੱਕ ਹੋਰ 5 ਸਾਲ ਦੀ ਹੈ ਇਹ ਲੜਕੀ ਜਿਹੜੀ ਆ ਛੋਟੀ ਸੀ 6 ਮਹੀਨੇ ਦੀ ਇਹਨੂੰ ਰਾਤ ਉਹਨੇ 9-10 ਵਜੇ ਕੁਛ ਉਹਦੇ ਦਾਰੂ ਪੀਤੀ ਸੀ ਉਹਦੇ ਘਰਦਿਆਂ ਦੱਸਿਆ ਇਹਨੂੰ ਲਾਇਆ ਘਰੋਂ ਅਤੇ ਉਹਦਾ ਭਰਾ ਵੀ ਕਿਤੇ ਪਿੱਛੇ ਆਇਆ ਉਹਨੇ ਕਿਹਾ ਵੀ ਪਰ ਇਹਨੇ ਮੇਰੇ ਤੋਂ ਪਹਿਲਾਂ ਸੁੱਟ ਦਿੱਤੀ ਅਤੇ ਇਹ ਕਹਿੰਦਾ ਮੈਂ ਸੁੱਟਤੀ ਭੱਜ ਗਿਆ ਰਾਤ ਉਹਨਾਂ ਕੋਸ਼ਿਸ਼ ਕੀਤੀ ਪੱਚਿਆ ਦਾ ਤਾਂ ਪੰਜ ਪਤਾ ਹੀ ਇਸ ਤਰ੍ਹਾਂ ਸਾਡੇ ਨੂੰ ਸਵੇਰੇ ਆਇਆ ਪੰਚਾਇਤ ਨੇ ਸਾਨੂੰ ਕਾਫੀ ਪਤੇ ਦਿੱਤੇ ਸੀ ਜਿਹੜੇ ਕਿ ਤਰਲਾ ਜਾਣਦੇ ਆ ਅਤੇ ਜਾਂ ਅਤੇ ਕੁਛ ਆਪਣੀ ਪੁਲਿਸ ਲਾ ਕੇ ਅਸੀਂ ਵੱਖ ਵੱਖ ਟੁਕੜੀਆਂ ਵਿੱਚ ਵੰਡ ਕੇ ਇਹਨੂੰ ਕਵਰ ਕੀਤਾ ਸੀ ਅਤੇ ਸਰਚ ਕਰਦੇ ਸਾਂ ਸਰਚ ਦੌਰਾਨ ਜਿਹੜੀ ਆ ਸਾਡੇ ਮੁਲਾਜ਼ਮ ਇੱਧਰ ਵੀ ਆਏ ਸੀ ਉਹਨਾਂ ਨੇ ਵੇਖੀ ਕਿ ਇੱਧਰੇ ਮੁੰਡੇ ਕੁਦਰਤੀ ਨਾਲ ਆਏ ਸੀ ਅਤੇ ਉਹਨਾਂ ਨੇ ਜਿਹੜਾ ਇਹਨਾਂ ਨੂੰ ਕਿਹਾ ਕਿ ਕੱਢੋ ਉਹਨਾਂ ਕੱਢ ਕੇ ਇਹ ਜਿਹੜੀ ਪੱਚੀ ਜਿਹੜੀ ਆ ਬਾਹਰ ਰੱਖੀ ਇਹ ਬਰਾਮਦ ਹੋ ਗਈ ਆ ਅਤੇ ਹੁਣ ਇਹਦੇ ਸੰਬੰਧ ਵਿੱਚ ਪਹਿਲਾਂ ਹੀ ਆਲਰੇਡੀ ਜਿਹੜੀ FIR ਦਰਜ ਹੋ ਚੁੱਕੀ ਆ ਉਸ ਦੇ ਪਿਤਾ ਦੇ ਬਰਾਬਰ ਵਿਰੁੱਧ ਅਤੇ ਹੁਣ ਜਿਹੜੀ ਅਗਲੀ ਕਾਰਵਾਈ ਜਿਹੜੀ ਆ ਉਹ ਕੰਪਲੀਟ